ਅਸਲਾਮ ਅਲੈਕੁਮ, ਤੁਹਾਡਾ ਭਾਈ ਕਾਸ਼ਿਫ ਖਾਨ ਵੱਤ ਤੁਹਾਡੀ ਖਿਦਮਤ ਵਿੱਚ ਇੱਕ ਵਾਰ ਹਾਜ਼ਰ। ਅਤੇ ਮੈਂ ਗੱਲ ਆਪਣੇ ਘਰ ਅਤੇ ਅਸੀਂ ਤਾਂ ਸਾਰੇ ਦੋਸਤ ਉਸਦੀ ਸ਼ਾਦੀ ਹੈ ਅਤੇ ਉਸਦੀ ਸ਼ਾਦੀ ਵਾਸਤੇ ਤਿਆਰ ਹੀ ਥੀਂ ਤਾਂ ਪਿਆ ਥੀ ਬਣਾ ਅਤੇ ਵੱਤ ਬੰਨਣਾ, ਉੱਥੇ ਰੋਟੀ ਖਾਣੀ ਅਤੇ ਉਸ ਤੋਂ ਬਾਅਦ ਬਲਕਿ ਉਸ ਤੋਂ ਪਹਿਲੇ ਮੈਂ ਵੇਹਣਾ ਹੁਣ ਬਾਜ਼ਾਰ ਦੇ ਵਿੱਚ ਬਣ ਕੇ ਥੋੜ੍ਹੀ ਜਿਹੀ ਹੇਅਰ ਡਰੈਸਿੰਗ ਕਰਾਉਣਾ, ਕੋਈ ਦਾੜੀ ਛਾੜੀ ਬਣਵਾਉਣਾ ਅਤੇ ਵਾ ਉਸ ਤੋਂ ਬਾਅਦ ਤਿਆਰ ਥੀ ਕੇ ਅਤੇ ਬਾਅਦ ਮੈਂ ਤੁਹਾਨੂੰ ਖੜਸਾਂ ਆਪਣੇ ਦੋਸਤ ਦੇ ਭਤੀਜੇ ਦੀ ਸ਼ਾਦੀ 'ਤੇ ਰੋਟੀ ਖਾਣ ਵਾਸਤੇ। ਤਾਂ ਫਿਲਹਾਲ ਤਾਂ ਮੈਂ ਬਾਜ਼ਾਰ ਵੇਂਦਾ ਪਿਆ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਲਾਜ਼ਮੀ ਕਰੋ, ਦੱਸੋ ਕੋਈ ਸਵਾਲ ਜਵਾਬ ਕਿਉਂ ਇੰਨੇ ਮੈਂ ਵੀਡੀਓ ਬਣਾਉਣ ਵਾਲਾ। ਕੋਈ ਅਗਰ ਤੁਹਾਡਾ ਕੁਐਸਚਨ ਹੋਵੇ ਤਾਂ ਤੁਸੀਂ ਕੁਐਸਚਨ ਕਰੋ ਤਾਂ ਕਿ ਮੈਂ ਵੀਡੀਓ ਉਹਦੇ ਵਿੱਚ ਜਵਾਬ ਦੇ ਸਕਾਂ। ਅਤੇ ਹੁਣ ਮੈਂ ਵੇਹਣਾ ਦਾੜੀ ਬਣਾਉਣਾ, ਤਾਂ ਚਲੋ ਚੱਲਦੇ ਹਾਂ ਅਗਲਾ ਸੀਨ ਦੇਖਦੇ ਹਾਂ ਉਸ ਤੋਂ ਬਾਅਦ। ਜਿਹੜਾ ਮੈਂ ਤਿਆਰ ਥੀ ਆਉਣਾ ਅੱਜ ਤਾਂ ਮੈਂ ਥੀ ਗਿਆ ਅਤੇ ਮੈਂ ਵੇਂਦਾ ਪਿਆ ਹੁਣ ਸ਼ਾਦੀ 'ਤੇ, ਮੈਂ ਉੱਥੇ ਰੋਟੀ ਖਾਣ ਵੇਂਦਾ ਪਿਆ ਅਤੇ ਕੋਈ ਵੇਲ ਵਾਲਣਾ ਵੀ ਲਿਖਾਉਣਾ, ਬਲਕਿ ਵੇਲ ਤਾਂ ਇੱਕ ਉਹਨਾਂ ਵਾਲਣਾ ਲਿਖਾ ਸਾਂ। ਅਤੇ ਚਲੋ ਬਸ ਹੁਣ ਮੈਂ ਟੋਪੂ ਖੜਦਾ ਉੱਥੇ, ਕੋਈ ਇੱਕ ਦੋ ਸੀਨ ਟੋਪ ਲਿਖਾ ਸਾਂ ਮੈਂ। ਠੀਕ ਹੈ, ਚਲੋ ਚੱਲਦੇ ਹਾਂ। ਗੱਲ ਹੋ ਗਈ ਹੁਣ ਇਹ ਭਾਈ ਇਹ ਉਸਤਾਦ ਦਿਲਦਾ, ਇਹ ਉਸਤਾਦ ਦਿਲਦਾ, ਮੈਂ ਦੁਹਾਈਆਂ ਦਾ ਸ਼ੁਕਰ ਹੁੰਦਾ।